ਅੱਜ ਦੇ 200 ਸੱਤੀਕਾਲ ਕਰੋਨਾ ਵਾਇਰਸ ਲਗਾਤਾਰ ਵਧ ਰਿਹਾ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵੱਲ ਯੂਨੀਵਰਸਿਟੀਆਂ ਦੇ ਵਿੱਚ 60 ਤੋਂ ਵੱਧ ਕਰੋਨਾ ਕੇਸ ਆ ਚੁੱਕੇ ਨੇ 46 ਕੇਸ ਇੱਕ ਯੂਨੀਵਰਸਿਟੀ ਦੇ ਤੇ ਬਾਕੀ ਦੂਸਰੇ ਯੂਨੀਵਰਸਿਟੀਆਂ ਦੇ ਵਿੱਚ ਲਗਾਤਾਰ ਕੇਸ ਆ ਰਹੇ ਨੇ ਜਿਹਨੂੰ ਦੇਖਦੇ ਹੋਏ ਬੱਚਿਆਂ ਦੀ ਔਨਲਾਈਨ ਇਗਜ਼ਾਮ ਨੂੰ ਲੈ ਕੇ ਚਾਂਸ ਵੀ ਵਧਦੇ ਹੋਏ ਨਜ਼ਰ ਆ ਰਹੇ ਨੇ ਤੇ ਯੂਨੀਵਰਸਿਟੀ ਵੱਲੋਂ ਨਵੀਆਂ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਨੇ ਸਾਰੇ ਸਟਾਫ ਮੈਂਬਰਾਂ ਨੂੰ ਸਟਾਰਕ ਕਰ ਦਿੱਤਾ ਗਿਆ ਹੈ ਤੇ ਵਿਦਿਆਰਥੀਆਂ ਨੂੰ ਮਾਸਕ ਅਤੇ ਕਾਫੀ ਤਰ੍ਹਾਂ ਦੇ ਟੈਸਟ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਸੋ ਇਹ ਹੁਣ ਬਹੁਤ ਵੱਡੀ ਖਬਰ ਹੈ ਕਿ ਆਨਲਾਈਨ ਇਗਜ਼ਾਮ ਹੋਣਗੇ ਆਫਲਾਈਨ ਹੁਣ ਯੂਨੀਵਰਸਿਟੀ ਨੂੰ ਆਫਲਾਈਨ ਇਗਜ਼ਾਮ ਲੈਣ ਦੇ ਚਾਂਸ ਘਟਾਉਣੇ ਪੈਣਗੇ ਆਨਲਾਈਨ ਦੇ ਵਧਾਉਣੇ ਪੈਣਗੇ ਕਿਉਂਕਿ ਲਗਾਤਾਰ ਯੂਨੀਵਰਸਟੀਆਂ ਦੇ ਵਿੱਚ ਕਰੋਨਾ ਕੇਸ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਖਬਰ ਵੀ ਤੁਸੀਂ ਪੜ੍ਹ ਸਕਦੇ ਹੋ ਕਿ ਕਰੋਨਾ ਕੇਸ ਆ ਜਿਹੜੇ ਔਰ ਲਗਾਤਾਰ ਵਾਦਰੇ ਨਹੀਂ ਤੁਸੀਂ ਇੱਥੇ ਚੰਗੀ ਤਰ੍ਹਾਂ ਦੇਖ ਸਕਦੇ ਲਿਖਿਆ ਹੈ ਕਿ 46 ਕੇਸਸ ਆਫ ਕੋਵਿਡ-19 ਵਰ ਰਿਪੋਰਟਡ ਐਟ ਦੀ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਇਨ ਪਟਿਆਲਾ ਪਟਿਆਲਾ ਦੇ ਵਿੱਚ ਲਾਅ ਯੂਨੀਵਰਸਿਟੀ ਦੇ ਵਿੱਚ ਇਹ ਜਿਹੜੇ ਕਰੋਨਾ ਕੇਸ ਬੁੱਧਵਾਰ ਵਾਲੇ ਦਿਨ ਆਏ ਨੇ ਤੇ ਇਹਨਾਂ ਟੋਟਲ ਕੇਸ ਆ ਜਿਹੜੇ ਓ 60 ਨੇ ਟੋਟਲ ਕੇਸ 60 ਨੇ ਤੇ ਇਹਨਾਂ ਨੂੰ ਹੌਨ ਕੰਟੇਨਮੈਂਟ ਜ਼ੋਨ ਦੇ ਵਿੱਚ ਰੱਖ ਦਿੱਤਾ ਗਿਆ ਹੈ ਠੀਕ ਹੈ ਪੰਜਾਬ ਸਰਕਾਰ ਵੀ ਹਾਈ ਅਲਰਟ ਜਾਰੀ ਕਰ ਚੁੱਕੀ ਹੈ ਬੱਚਿਆਂ ਨੂੰ ਲੈ ਕੇ ਤੇ ਇਹ ਅਫੀਸ਼ੀਅਲ ਪ੍ਰੋਟੈਕਸ਼ਨ ਅਤੇ ਅ ਅਫੀਸ਼ੀਅਲ ਸਾਰਾ ਕੁਝ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਨਾ ਵਿਦਿਆਰਥੀਆਂ ਨੂੰ ਕੈਂਪਸ ਦੇ ਵਿੱਚ ਕੰਟੇਨ ਜ਼ੋਨ ਬਣਾ ਦਿੱਤਾ ਗਿਆ ਹੈ ਇਹ ਜਿਹੜਾ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਯੂਨੀਵਰਸਿਟੀ ਹੈ ਉਹ ਤੇ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵੱਡਾ ਖਤਰਾ ਜਿਹੜਾ ਵਾ ਉਹ ਨਜ਼ਰ ਆ ਰਿਹਾ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬੱਚਿਆਂ ਦੀ ਇੱਛਾ ਜਿਹੜੀ ਆਨ ਐਗਜ਼ਾਮ ਦੀ ਉਹ ਜਲਦੀ ਪੂਰੀ ਹੋ ਸਕਦੀ ਹੈ ਇਸ ਤੋਂ ਇਲਾਵਾ ਹੋਰ ਅਪਡੇਟਸ ਕੋਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰੇ ਹੀ ਯੂਨੀਵਰਸਟੀਆਂ ਦੇ ਰਿਲੇਟਿਡ ਅਪਡੇਟ ਤੁਹਾਨੂੰ ਇੱਥੇ ਮਿਲਦੀ ਹੈ ਤੇ ਮਿਲਦੀ ਰਹੇਗੀ ਧੰਨਵਾਦ